दैनिक सवेरा अंधेरे से की। दिव्य ज्योति जागृति संस्थान के संस्थापक महाराज आशुतोष की लंबी समाधि को हाईकोर्ट ने विराम लगाने का आदेश दे दिया महाराज के पूर्व ड्राइवर होने का दावा करने वाले पूर्ण सिंह की अंतिम संस्कार करवाने संबंधी दी गई याचिका पर माननीय कोर्ट ने पंजाब सरकार को महाराज का अंतिम संस्कार पंद्रह दिया है पूर्ण सिंह ने हाई कोर्ट के इस निर्णय का स्वागत किया पूर्ण सिंह ने कहा कि हालांकि कोर्ट ने इस मृत देह की गति कर देने की बात कही है लेकिन दिलीप झा की डीएनए टेस्ट करवाने और महाराज का पोस्टमार्टम करवाए जाने वाली याचिका को खारिज कर देना गलत है ਉਹਨਾਂ ਨੇ ਕਿਹਾ ਹੈ ਕਿ ਉਹਨੇ ਅਭੀ ਵੀ ਸ਼ੱਕ ਹੈ ਕਿ ਮਹਾਰਾਜ ਦਾ ਕਤਲ ਹੋਇਆ ਥਾ ਔਰ ਇਸ ਕੀ ਸੀਬੀਆਈ ਜਾਂਚ ਕੀ ਜਾਣੀ ਚਾਹੀਏ ਕੋਸ਼ ਹੱਦ ਤੱਕ ਤਾਂ ਠੀਕ ਵੀ ਹੈ ਕਿ ਜਿਹੜਾ ਸਮਾਦੀ ਦਾ ਮਾਮਲਾ ਉਹ ਤਾਂ ਖਤਮ ਹੋਇਆ ਕਮਸ ਕਮ ਪਰ ਜੇ ਸੰਸਕਾਰ ਦੀ ਗੱਲ ਕਰਦੇ ਹਾਂ ਉਹ ਤਾਂ ਪਹਿਲਾਂ ਹੀ ਸਰਕਾਰ ਵੀ ਖੁਸ਼ ਹੈ ਵੀ ਇਹਨਾਂ ਦੇ ਗਲੋਂ ਬੜਾ ਲਾਜਵੇ ਤੋ ਪੋਸਟਮਾਰਟ ਨੂੰ ਜਿਹੜਾ ਅਸੀਂ ਤੇ ਇਹ ਕਾਇ ਵੀ ਇਹਦੀ ਪੂਰੀ ਜਾਂਚ ਕੀਤੀ ਜਾਵੇ ਔਰ ਸੀਬੀਆਈ ਤੋਂ ਜਾਂਚ ਕਰਾ ਕੇ ਔਰ ਪੀਜੀਆਈ ਤੋਂ ਇਹਦਾ ਪੋਸਟਮਾਰਟਮ ਕਰਾਇਆ ਜਾਵੇ ਇਹਦੇ ਮੌਤ ਦਾ ਹੋਣ ਦਾ ਕਾਰਨ ਕੀ ਆ ਉਹਦੇ ਤੋਂ ਸਾਰੀਆਂ ਚੀਜ਼ਾਂ ਨੂੰ ਲਾਂਬੇ ਰੱਖ ਕੇ ਔਰ ਡੀਐਨਏ ਅਸੀਂ ਡੀਐਨਏ ਦੀ ਅੱਜ ਅੱਜ ਹੀ ਸੁਣਵਾਈ ਹੋਈ ਉਹਦੇ ਤੇ ਵੀ ਕੋਈ ਅਸਰ ਨਹੀਂ ਕੀਤਾ ਗਿਆ ਉਹਨੂੰ ਵੀ ਸਾਈਡ ਤੇ ਰੱਖ ਕੇ ਤੇ ਸਿੱਧਾ ਹੀ ਸੰਸਕਾਰ ਕਰਨ ਦਾ ਇਹ ਹੁਕਮ ਜਾਰੀ ਕਰ ਦਿੱਤਾ ਪਰ ਅਸੀਂ ਇਸ ਗੱਲ ਵਿੱਚ ਖੁਸ਼ ਨਹੀਂ ਔਰ ਦਲੀਪ ਨਹੀਂ ਖੁਸ਼ ਦਲੀਪ ਨੇ ਇਹੋ ਹੀ ਪਟੀਸ਼ਨ ਪਾਈ ਸੀ ਕਿ ਮੈਂ ਆਪਣੇ ਰੀਤੀ ਰਿਵਾਜਾਂ ਦੇ ਨਾਲ ਆਪਣੇ ਪਿੰਡ ਜਾ ਕੇ ਸੰਸਕਾਰ ਕਰ ਸਕਾਂ ਔਰ ਜੋ ਵੀ ਮੇਰਾ ਸਰੀਕੇ ਭਾਈਚਾਰੇ ਦੇ ਵਿੱਚ ਮੈਂ ਕਿਹਾ ਆ ਉਹ ਮੈਂ ਕਰਨਾ ਪਰ ਉਹਨਾਂ ਨੇ ਕੋਈ ਵੀ ਇਹ ਹਾਈ ਕੋਰਟ ਨੇ ਇਸ ਪਾਸੇ ਨੂੰ ਗਏ ਨਹੀਂ ਤਾਂ ਉਹਦਾ ਉਹਨੂੰ ਕੋਈ ਹੱਕ ਨਹੀਂ ਮਿਲਿਆ ਤੇ ਦਲੀਪ ਚਾ ਇਹਦੇ ਵਿੱਚ ਖੁਸ਼ ਨਹੀਂ ਹੈਗਾ ਅਸੀਂ ਦੁਬਾਰਾ ਹੀ ਜਿਹੜੀ ਅਪੀਲ ਸਵੇਰੇ ਹੀ ਪਾ ਰਹੇ ਆ ਅਗਰ ਸਾਡੇ ਨਹੀਂ ਕੋਈ ਵੀ ਗੱਲ ਚੱਲਦੀ ਤੇ ਅਸੀਂ ਸੁਪਰੀਮ ਕੋਰਟ ਤੱਕ ਜਾਣ ਨੂੰ ਬਿਲਕੁਲ ਤਿਆਰ ਆ ਪਹਿਲਾਂ ਤਾਂ ਅਸੀਂ ਸੀਬੀਆਈ ਤੋਂ ਮੇਰੀ ਪੋਜੀਸ਼ਨ ਜਿਹੜੀ ਸੀ ਸੀਬੀਆਈ ਦੀ ਜਾਂਚ ਤੇ ਪੋਸਟਮਾਰਟਮ ਹੋਣਾ ਚਾਹੀਦਾ ਇਹਦਾ ਮੌਤ ਦਾ ਕਾਰਨ ਦਾ ਪਤਾ ਲੱਗ ਚੁੱਕੇ ਤੇ ਸੱਚ ਸਾਹਮਣੇ ਆ ਜਾਵੇ ਕਿ ਇਹਦੀ ਮੌਤ ਕਿਉਂ ਹੋਈ ਤੇ ਕਿੱਦਾਂ ਹੋਈ ਆ ਦਲੀਪ ਨੇ ਉਹ ਉਹਨੇ ਇਹ ਪਾਈ ਸੀ ਵੀ ਮੇਰਾ ਡੀਐਨਏ ਕਰਵਾਇਆ ਜਾਵੇ ਔਰ ਮੈਂ ਮੈਨੂੰ ਡੈੱਡ ਬਾਡੀ ਜਿਹੜੀ ਆ ਮੇਰੇ ਮੇਰੇ ਹਵਾਲੇ ਕੀਤੀ ਜਾਵੇ ਔਰ ਪੁੱਤਰ ਹੋਣ ਦਾ ਉਹਨੇ ਪੂਰਾ ਦਾਵਾ ਕੀਤਾ ਪਰ ਇਹ ਹਾਈ ਕੋਰਟ ਨੇ ਬਿਲਕੁਲ ਇਹਨਾਂ ਚੀਜ਼ਾਂ ਨੂੰ ਲਾਂਬੇ ਰੱਖ ਕੇ ਤੇ ਇੱਕ ਸਿੱਧਾ ਹੀ ਸਰਕਾਰ ਤੋਂ ਡੇਰੇ ਵਾਲਿਆਂ ਨੂੰ ਸੰਸਕਾਰ ਦਾ ਹੀ ਹੁਕਮ ਸੁਣਾ ਦਿੱਤਾ ਇਹ ਹੈ ਅਸੀਂ ਇਸ ਗੱਲ ਨੂੰ ਨਹੀਂ ਮਨਜ਼ੂਰ ਨਹੀਂ ਅਸੀਂ ਕੀ ਕਰਾਂਗੇ